वाह यार ये तो बहुत अच्छा है। मोना ऑटो ड्राइवर वेरी गुड। वाह सारी टी प्लांटेशन देखो कितनी सोहनी लग रही है यार। कैन आई टेक फोटो विद यू? हिचहाइकिंग दोस्तों। ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਮੁਨਾਰ ਪਹੁੰਚ ਗਿਆ ਕੋਚੀ ਤੋਂ। ਕਰੀਬ 5 ਘੰਟੇ ਦਾ ਰਸਤਾ ਸੀਗਾ ਅਤੇ ਹੁਣੇ ਬੱਸ ਨੇ ਪਿੱਛੇ ਉਤਾਰਿਆ। ਵੈਸੇ ਜਿਹੜਾ ਲਾਸਟ ਪੁਆਇੰਟ ਆ ਬੱਸ ਉਤਾਰਦੀ ਉਹ ਇੱਥੇ ਉਤਾਰਦੀ ਹੈ, ਬਟ ਸਾਨੂੰ ਪਿੱਛੇ ਉਤਾਰਤਾ ਸੀਗਾ ਬਿਲਕੁਲ ਉੱਧਰ ਸਾਹਮਣੇ। ਸੋ ਮੁਨਾਰ ਤਾਂ ਤੁਹਾਨੂੰ ਪਤਾ ਹੀ ਹੋਣਾ ਵੀ ਟੀ ਪਲਾਂਟੇਸ਼ਨਸ ਲਈ ਬਹੁਤ ਫੇਮਸ ਹੈ, ਐਂਡ ਆਪਾਂ ਐਕਸਪਲੋਰ ਕਰਨ ਚੱਲਦੇ ਹਾਂ, ਪਰ ਉਸ ਤੋਂ ਪਹਿਲਾਂ ਮੈਂ ਕੁਝ ਖਾਧਾ ਨਹੀਂ। ਸੋ ਮੁਨਾਰ ਆਟੋ ਡਰਾਈਵਰ ਵੈਰੀ ਗੁੱਡ ਨਾ ਨੋ ਵੇਅਰ ਆਮ ਜਸਟ ਗੋਇੰਗ ਟੂ ਈਟ ਫਸਟ ਇਟ ਵਾਸ ਨੈਕਸਟ ਨੋ ਆਈਡੀਆ ਵਿਲ ਸੀ ਆਈ ਵਿਲ ਆਈਡੀਆ ਹਾਂ ਓਕੇ। ਦੇਖੀਏ ਇਹਨਾਂ ਕੋਲ ਜੇ ਕਾਫੀ ਚਾਹੀਦੀ ਹੈ। ਯੂ ਹੈਵ ਕਾਫੀ ਐਂਡ ਵਾਟ ਇਜ਼ ਦਿਸ? ਸਵੀਟ ਗੋਂਡਾ ਗੋਂਡਾ ਸਵੀਟ ਸਵੀਟ ਹੈ। ਇਸਕੇ ਅੰਦਰ ਕੀ ਹੁੰਦਾ ਹੈ? ਵਾਟ ਇਜ਼ ਇਨਸਾਈਡ? ਕਲਈ ਇਹ ਗੋਂਡਾ ਦੇ ਤਾਂ ਨਾਲ ਚੁੰਮੀ ਦਿੱਤੇ ਹੈ। ਇਟ ਹੈ ਪੋਟੈਟੋ ਪੋਟੈਟੋ ਇਨਸਾਈਡ। ਚਲੋ ਗਿਵ ਵਨ ਦਿਸ ਐਂਡ ਵਨ ਕਾਫੀ। ਕੈਨ ਆਈ ਸਿਟ ਹੇਅਰ? ਕੈਨ ਆਈ ਸਿਟ ਹੇਅਰ? ਹੁਣ ਇੱਕ ਕੱਪ ਕਾਫੀ ਦਾ ਐਂਡ ਨਾਲ ਇੱਕ ਸਨੈਕ ਜਿਹਾ। ਇੱਥੇ ਬਹੁਤ ਇੱਦਾਂ ਦੇ ਸਨੈਕ ਮਿਲਦੇ ਆ ਕਈ ਤਰੀਕੇ ਦੇ, ਇਹ ਕੋਚੀ 'ਚ ਨਹੀਂ ਮੈਂ ਦੇਖਿਆ, ਇੱਥੇ ਮਿਲ ਰਿਹਾ। ਸੋ ਦੇਖਦੇ ਹਾਂ ਕੀ ਚੀਜ਼ ਹੈ ਲਿਖਿਆ। ਵਾਟ ਇਜ਼ ਇਨਸਾਈਡ ਦਿਸ? ਮੈਦਾ ਐਂਡ ਇਨਸਾਈਡ ਵਾਟ? ਸਵੀਟ ਓਕੇ ਐਂਡ ਇਸ ਸਾਈਡ ਕਾਫੀ ਕਾਫੀ ਹਾਂ ਥੈਂਕ ਯੂ। ਸੋ ਆ ਕਾਫੀ ਆ ਗਈ, ਆਹ ਪਤਾ ਨਹੀਂ ਕਹਿ ਲਓ ਮਿੱਠਾ ਪਕੌੜਾ ਜਿਹਾ, ਬਸ ਇਹਨੂੰ ਪੀ ਕੇ ਦੈਨ ਆਪਾਂ ਦੇਖਦੇ ਹਾਂ। ਮੈਨੂੰ ਪਤਾ ਨਹੀਂ ਜਾਣਾ ਕਿੱਥੇ ਹੈ। ਟੀ ਪਲਾਂਟੇਸ਼ਨ ਰਸਤੇ 'ਚ ਬਹੁਤ ਸੋਹਣੇ ਸੀ, ਜਿਵੇਂ ਆਪਣੀ ਚਾਹ ਦੀ ਖੇਤੀ ਜਿਹਨੂੰ ਕਹਿ ਲਓ ਤੁਸੀਂ, ਬਹੁਤ ਸੋਹਣੀ ਦੇਖਣ ਨੂੰ ਬਹੁਤ ਸੋਹਣੀ ਲੱਗਦੀ ਹੈ। ਅਤੇ ਉੱਧਰ ਚੱਲਦੇ ਹਾਂ ਦੇਖਦੇ ਹਾਂ, ਇੱਧਰ ਲੋਕਲ ਬੱਸਿਸ ਵੀ ਚੱਲਦੀਆਂ, ਬੱਸਿਸ ਫੜ ਕੇ ਵੀ ਜਾਵਾਂਗੇ। ਫਿਲਹਾਲ ਇਹਨੂੰ ਖਤਮ ਕਰ ਲਈਏ ਕਿਉਂਕਿ ਦੁਪਹਿਰ ਦੇ 2 ਵੱਜ ਗਏ ਐਂਡ ਮੈਂ ਸਵੇਰ ਦਾ 8:30 ਵਜੇ ਦਾ ਬੱਸ 'ਚ ਬੈਠਾ, ਹੁਣ ਜਾ ਕੇ ਬੱਸ ਪਹੁੰਚੀ ਹੈ ਅਤੇ ਖਾ ਕੇ ਫਿਰ ਚੱਲਦੇ ਹਾਂ। ਸੋ ਮੇਰੇ ਪਿੱਛੇ ਤੁਸੀਂ ਲੋਕਲ ਟ੍ਰਾਈਬ ਦੇਖ ਸਕਦੇ ਹੋ, ਜਿਹੜੇ ਟੀ ਪਲਾਂਟੇਸ਼ਨ ਵਾਲੀ ਟ੍ਰਾਈਬ ਹੈ, ਟੀ ਪਲਾਂਟੇਸ਼ਨ ਵਾਲੇ ਲੋਕ ਹੈ। ਸੋ ਇਹਨਾਂ ਦਾ ਵੀ ਫੈਸਟੀਵਲ ਵਗੈਰਾ ਹੋਊਗਾ। ਮੈਂ ਅੱਗੇ ਲੈ ਕੇ ਜਾਣਾ, ਉੱਧਰ ਰੌਲਾ ਬਹੁਤ ਸੀਗਾ ਤਾਂ ਮੈਂ ਬੋਲ ਨਹੀਂ ਸੀ ਸਕਦਾ। ਚੱਲ ਬਾਈ ਚੱਲ 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 ਚੱਲ। ਆਹ ਸਾਰੇ ਤੁਸੀਂ ਦੇਖ ਰਹੇ ਹੋ, ਇਹ ਲੋਕਲ ਟ੍ਰਾਈਬ ਹੈ ਇੱਥੇ ਦੀ ਟੀ ਪਲਾਂਟੇਸ਼ਨ ਵਾਲੀ। ਸੋ ਦੁਕਾਨ ਤੋਂ ਬਾਹਰ ਆਉਣ ਤੋਂ ਬਾਅਦ ਮੈਂ ਹੁਣ ਟੀ ਫੈਕਟਰੀ ਵੱਲ ਚੱਲਿਆ। ਇੱਕ ਉੱਥੇ ਦੁਕਾਨ 'ਤੇ ਪੁੱਛਿਆ ਮੈਂ ਵੀ, ਸੋਰੀ ਨੋ ਨੋ ਆਈ ਵਿਲ ਗੋ ਬਾਏ ਵੋਕ। ਸੋ ਉਹਨੂੰ ਟੀ ਮਿਊਜ਼ੀਅਮ ਕਹਿੰਦੇ ਆ ਜੋ ਆਟੋ ਵਾਲਾ ਹੁਣ ਕਹਿ ਰਿਹਾ ਸੀ। ਹੁਣ ਮੈਨੂੰ ਲੱਗਦਾ ਵੀ ਉਹ ਬਹੁਤ ਕਾਮਨ ਪਲੇਸ ਹੈ, ਬਟ ਆਈ ਹੋਪ ਉੱਥੇ ਜ਼ਿਆਦਾ ਰਸ਼ ਨਾ ਹੋਵੇ। ਪਿੱਛੋਂ ਚੜ੍ਹਾਈ ਸੀ, ਮੈਂ ਥੋੜ੍ਹਾ ਤੇਜ਼ 'ਤੇ ਜਾ ਰਿਹਾ, ਥੋੜ੍ਹਾ ਜਿਹਾ ਸਾਹ ਚੜ੍ਹ ਗਿਆ ਯਾਰ। ਉਹ ਬ੍ਰੈਡ ਪੂਰੀ ਮੈਦਾ ਸੀ, ਪੂਰਾ ਜਿਹਨੂੰ ਤੁਸੀਂ ਸੁੱਕਾ ਮੈਦਾ ਕਹਿ ਲਓ ਨਾ, ਤਲਿਆ ਹੋਇਆ ਉਹ ਸੀ। ਮੈਂ ਮੈਦਾ ਖਾਣ ਦੇ ਹੱਕ 'ਚ ਨਹੀਂ, ਪਰ ਉਹ ਲੈ ਲਈ ਸੀ। ਹੁਣ ਕੀ ਕਰੀਏ, ਮੈਂ ਉਹਨੂੰ ਪੁੱਛਿਆ ਵੀ ਖਰੀਦਣ ਵੇਲੇ,
ਮੈਂ ਕਿਹਾ ਵਾਟ ਇਜ਼ ਇਨਸਾਈਡ, ਉਹਨੂੰ ਸਮਝ ਹੀ ਨਹੀਂ ਆਈ। ਫਿਰ ਮੈਂ ਕਿਹਾ ਵਿੱਚ ਆਲੂ ਉਲੂ ਕੁਛ ਨਾ ਕੁਛ ਹੋਊਗਾ, ਨਿਕਲਿਆ ਮੈਦਾ, ਮਸਾਂ ਖਾਧੀਆ, ਚਲੋ ਭੁੱਖ ਲੱਗੀ ਸੀ, ਮੈਂ ਕਿਹਾ ਖਾ ਲਓ, ਪਰ ਸਸਤਾ ਹੀ ਆ ਜੁਗਾੜ ਯਾਰ। ਕੌਫੀ ਪੀਤੀ ਅਤੇ ਨਾਲ ਬ੍ਰੈਡ ਖਾਧੀ 25 ਰੁਪਏ ਸਾਰੇ, 25 ਰੁਪਏ 'ਚ ਕੀ ਆਉਂਦਾ, ਐਂਡ ਕੌਫੀ ਵੀ ਵਧੀਆ ਸੀਗੀ। ਇੱਥੇ ਕੌਫੀ ਵੀ ਉਗਾਉਂਦੇ ਆ ਲੋਕ ਚਾਹ ਦੇ ਨਾਲ ਨਾਲ ਉਨਾਰ 'ਚ, ਪਰ ਕੌਫੀ ਘੱਟ ਹੈ, ਕੌਫੀ ਜ਼ਿਆਦਾ ਮਿਲੂਗੀ ਵਾਇਆਨਾਡ 'ਚ। ਵਾਇਆਨਾਡ ਆਪਾਂ ਜਾਵਾਂਗੇ 2-3 ਦਿਨਾਂ ਤੱਕ। ਉਹ ਸਾਹਮਣੇ ਤੁਸੀਂ ਟੀ ਪਲਾਂਟੇਸ਼ਨ ਦੇਖ ਸਕਦੇ ਹੋ ਸਾਰੀਆਂ, ਉੱਥੇ ਵੀ ਜਾਵਾਂਗੇ ਆਪਾਂ, ਤੁਹਾਨੂੰ ਟੀ ਪਲਾਂਟੇਸ਼ਨਸ ਵੀ, ਚਾਹ ਪੱਤੀ ਕਿੱਦਾਂ ਉਗਾਉਂਦੇ ਆ ਇਹ ਉਹ ਵੀ ਦਿਖਾਊਂਗਾ। ਉਸ ਤੋਂ ਪਹਿਲਾਂ ਆਪਾਂ ਫੈਕਟਰੀ ਜਾਈਏ। ਆ ਵੇਖੋ ਇੱਥੇ ਕਿੰਨਾ ਸੋਹਣਾ ਉਸ ਹੋਟਲ ਜਿਹਾ, ਉੱਧਰਲੀ ਸਾਈਡ ਵਾਲੇ ਰੂਮ ਤਾਂ ਬਾਹਲੇ ਹੀ ਵਧੀਆ ਹੋਣੇ, ਮਹਿੰਗੇ ਵੇਚਦੇ ਹੋਣੇ ਇਹ। ਬਸ ਜਾਨਵਰ ਜੂਨਵਰ ਨਾ ਹੋਵੇ ਇੱਥੇ ਕੋਈ, ਬਾਕੀ ਸਭ ਤਾਂ ਠੀਕ ਹੈ, ਕਿਉਂਕਿ ਸਾਰੇ ਜੰਗਲ ਹੀ ਨੇ ਆਲੇ ਦੁਆਲੇ ਆਪਣੇ ਕੋਲ। ਆ ਵੱਡੇ ਸਾਰੇ ਬੈਗ ਤੋਂ ਇਲਾਵਾ ਹੈ ਕੁਛ ਨਹੀਂ। ਸੋ ਸਵੇਰੇ ਮੈਂ 8:30 ਤੋਰਿਆ ਸੀ, 1 ਵਜੇ ਇੱਥੇ ਪਹੁੰਚਿਆ, ਐਂਡ ਲਾਸਟ ਬੱਸ ਜਿਹੜੀ ਇੱਥੋਂ ਹੁੰਦੀ ਆ ਉਹ ਸ਼ਾਮੀ 7 ਵਜੇ ਹੁੰਦੀ ਆ ਕੋਚੀ ਲਈ। ਇੱਥੇ ਰੇਲਵੇ ਸਟੇਸ਼ਨ ਨਹੀਂ ਹੈਗਾ, ਸੋ ਵਾਪਸ ਕੋਚੀ ਜਾਣਾ ਪੈਂਦਾ, ਜੇ ਤੁਸੀਂ ਕੈਲੀਕਟ ਜਿਹਨੂੰ ਕੋਜ਼ੀਕੋਡ ਵੀ ਕਹਿੰਦੇ ਡਿਸਟ੍ਰਿਕਟ ਨੂੰ। ਗਲਾ ਹੀ ਖਰਾਬ ਕਰਤਾ ਯਾਰ ਉਹ ਬ੍ਰੈਡ ਜੀ ਨੇ। ਆਈ ਨੀਡ ਟੂ ਗੋ ਟੀ ਪਲਾਂਟੇਸ਼ਨ। ਕਿਆ ਹੈ? ਟੀ ਫੈਕਟਰੀ। ਟੀ ਫੈਕਟਰੀ ਕੌਣ ਤਾਂ ਟੀ ਫੈਕਟਰੀ? ਜੋ ਕਿ ਟੀ ਮਿਊਜ਼ੀਅਮ। ਟੀ ਮਿਊਜ਼ੀਅਮ ਬੇਟਾ, ਕੈਨ ਡ੍ਰੌਪ ਮੀ? ਹਾਂ ਥੈਂਕ ਯੂ। ਕਹਾਂ ਸੇ ਆ ਰਹੇ? ਮੈਂ ਕੋਚੀ ਸੇ। ਕੋਚੀ? ਨਹੀਂ ਨਹੀਂ, ਗਾਓ ਗਾ ਆਪਕਾ ਗਾਓ। ਪੰਜਾਬ ਪੰਜਾਬ ਪੰਜਾਬ। ਹਾਈਕਿੰਗ ਦੋਸਤੋ, ਹਾਂ ਨਹੀਂ ਵੀਡੀਓ ਬਣਾ ਰਹਾ ਹੂੰ, ਹਾਈਕਿੰਗ ਵੀਡੀਓ। ਅਗਰ ਯਹਾਂ ਚਾਹੇ ਟੀ ਪਲਾਂਟੇਸ਼ਨ ਦੇਖਨੇ ਜੋ ਚਾਹੇ ਪੱਤੀ ਜੋ ਲਗਾਈ ਹੈ, ਤੂੰ ਬੋਲਤਾ ਤੋ ਨਹੀਂ ਕੋਈ ਕੁਛ? ਹਾਂ ਕੁਛ ਨਹੀਂ ਕਰਦਾ, ਤੂੰ ਕਹਿ ਜ਼ਰੂਰ ਕਿੱਧਰ ਵੀ ਚਲੇ ਜਾ, ਕਹੀਂ ਵੀ ਚਲੇ ਜਾਊਂਗਾ। ਇੱਧਰ ਠੀਕ ਹੈ। ਹਾਂ ਔਰ ਕੋਈ ਜੰਗਲੀ ਜਾਨਵਰ ਤੋ ਨਹੀਂ ਯਹਾਂ ਪੇ? ਉੱਪਰ ਵੀ ਹੋਗਾ ਉਸ ਪੇ। ਸ਼ੇਰ ਵੀ ਹੋਗਾ? ਸ਼ੇਰ ਵੀ ਹੈ। ਤੋ ਮੈਂ ਇੱਧਰ ਪੈਦਲ ਚੱਲ ਰਹਾ ਹੂੰ, ਸੇਫ ਨਹੀਂ ਹੈ, ਦੇਖ ਕੇ ਜਾਣਾ ਪੜੇਗਾ, ਬਾਅਦ ਅੰਦਰ ਮੈਂ ਜਾਊਂ। ਨਹੀਂ ਜੈਸੇ ਮੈਂ ਅਭੀ ਪੈਦਲ ਚੱਲ ਰਹਾ ਥਾ, ਸੇਫ ਨਹੀਂ ਹੈ, ਸੇਫ ਥੋੜ੍ਹਾ ਦੇਖ ਕੇ ਜਾਣਾ ਪੜਤਾ। ਹਾਂ ਜਬ ਸ਼ੇਰ ਆ ਗਿਆ ਤੋ ਦੇਖਨੇ ਮੈਨੂੰ ਰਹਿ ਕਿਆ ਜਾਏਗਾ? ਨਹੀਂ ਨਹੀਂ ਕੁਛ ਨਹੀਂ, ਐਸੀ ਕੁਛ ਨਹੀਂ ਹੈ, ਆਪਣਾ ਜ਼ਿੰਦਗੀ ਹੈ। ਹਾਂ ਆ ਗਿਆ ਤੋ ਲੜਾਂਗੇ ਉਸ ਸੇ ਔਰ ਕਿਆ। ਮੈਂ ਤੋ ਨਾਗਪੁਰ ਮੇਂ ਥਾ, ਅੰਦਰ ਜੀ ਬੋਲਾ ਤੋ ਬਹੁਤ ਹਿੰਮਤ ਹੈ। ਉਹੀ ਤੋ ਬਾਤ ਹੈ, ਆ ਗਿਆ ਤੋ ਲੜਾਂਗੇ ਔਰ ਕਿਆ ਕਰਨਾ। ਮੈਨੂੰ ਛੱਡਤਾ, ਬਹੁਤ ਬਹੁਤ ਧੰਨਵਾਦ। ਹਿੰਦੀ ਆਉਂਦੀ ਸੀ ਇਹਨੂੰ, ਸੌਖਾ ਹੋ ਗਿਆ। ਸੋ ਮੈਂ ਪੁੱਛਿਆ, ਮੈਂ ਕਿਹਾ ਉੱਪਰ ਜਾ ਸਕਦੇ ਹਾਂ? ਉਹ ਕਹਿੰਦਾ ਇਸ ਸਾਈਡ ਨਾ ਜਾਈ, ਜੰਗਲੀ ਜਾਨਵਰ ਵਗੈਰਾ ਹੁੰਦੇ ਆ, ਸ਼ੇਰ ਵਗੈਰਾ ਵੀ ਹੁੰਦੇ ਕਈ ਵਾਰੀ। ਹਾਲਾਂਕਿ ਕਹਿੰਦਾ ਉੱਦਾਂ ਜਿਹੜੀ ਰਾਹ ਬਣਿਆ ਹੋਇਆ ਜਿਹੜਾ ਥੱਲੇ ਜਿਹੜਾ ਰਸਤਾ ਤੁਸੀਂ ਦੇਖ ਸਕਦੇ ਹੋ, ਕਹਿੰਦਾ ਰਾਹ 'ਤੇ ਚੱਲੇ ਜੀ, ਉੱਦਾਂ ਉੱਪਰ ਨਾ ਜਾਈ ਕਿਤੇ ਅੰਦਰ। ਠੀਕ ਹੈ, ਬੰਦੇ ਦੀ ਸਲਾਹ ਵੀ ਜਾਣਾ ਠੀਕ ਨਹੀਂ। ਚਲੋ ਆਓ ਸਾਹਮਣੇ ਆਪਾਂ ਚਾਹ ਪੱਤੀ ਵਾਲੀ ਫੈਕਟਰੀ ਵੇਖੀਏ ਕਿ ਇੱਥੇ ਇਹ ਚਾਹ ਪੱਤੀ ਕਿਵੇਂ ਤਿਆਰ ਕਰਦੇ ਨੇ। ਉਹ ਮਿਊਜ਼ੀਅਮ ਜਾਣਾ ਹੋਵੇ ਬੋਰ ਹੋ ਜਾਵਾਂਗੇ, ਫੈਕਟਰੀ ਹੋਵੇ ਪ੍ਰੋਪਰ, ਕਿਉਂਕਿ ਮੈਂ ਫੈਕਟਰੀ ਦੇਖਣਾ ਚਾਹੁੰਦਾ। ਹਾਲਾਂਕਿ ਟੂਰਿਸਟ ਸਾਈਟ ਜੀ ਲੱਗਦੀ ਹੈ ਮੈਨੂੰ, ਮੈਂ ਤਾਂ ਲੋਕਲ ਫੈਕਟਰੀ ਦੇਖਣਾ ਚਾਹੁੰਦਾ ਸੀ ਕੋਈ। ਚਲੋ ਦੇਖਦੇ ਹਾਂ, ਰਸ਼ ਬਹੁਤ ਲੱਗਦਾ ਮੈਨੂੰ ਇੱਥੇ। ਮੈਨੂੰ ਲੱਗ ਹੀ ਰਿਹਾ ਸੀ ਵੀ ਟੀ ਫੈਕਟਰੀ ਨਹੀਂ ਹੋਣੀ, ਮਿਊਜ਼ੀਅਮ ਹੀ ਹੋਣਾ, ਉਹੀ ਗੱਲ ਹੋਈ। ਐਂਡ ਉੱਥੇ ਉਹਨਾਂ ਨੇ ਲਿਖ ਕੇ ਲਾਇਆ ਹੋਇਆ ਕਿ ਵੀਡੀਓਗ੍ਰਾਫੀ ਨਹੀਂ ਅਲਾਊ।
ਫਿਰ ਪੈਸੇ ਵੀ ਭਰਨੇ ਕਰਨ ਕੀ ਜਾਣਾ ਜਦ ਆਪਾਂ ਵੀਡੀਓ ਬਣਾ ਕੇ ਤੁਹਾਨੂੰ ਦਿਖਾ ਹੀ ਨਹੀਂ ਸਕਦੇ ਕਿ ਸਾਰਾ ਹਿਸਟਰੀ ਕੀ ਹੈ ਬਣਾਉਂਦੇ ਕਿੱਦਾਂ ਕੀ ਨਹੀਂ। ਹੁਣ ਵਾਪਸ ਉੱਧਰ ਨੂੰ ਜਾ ਰਿਹਾ, ਮੇਨ ਸੈਂਟਰ ਤੋਂ ਕਹਿੰਦੇ ਕੋਈ ਬੱਸ ਮਿਲਦੀ ਹੈ ਜਿੱਥੇ ਟੂਰ ਕਰ ਸਕਦੇ ਹੋ, ਸੋ ਬੱਸ ਲੱਭਦੇ ਹਾਂ। ਮਿੱਠੀ ਮਿੱਠੀ ਠੰਡੀ ਠੰਡੀ ਹਵਾ ਚੱਲਦੀ ਹੈ ਪਰ ਧੁੱਪ ਤੇਜ਼ ਹੈ ਕਿਉਂਕਿ ਦੁਪਹਿਰ ਦਾ ਵੇਲਾ, ਅਜੇ ਕਿਹੜਾ ਸ਼ਾਮ ਦਾ ਟਾਈਮ ਹੈ। ਸੋ ਉਸ ਸਾਈਡ ਮੇਰੇ ਰਾਈਟ ਸਾਈਡ ਕੋਈ ਨਿਰਮਲਾ ਸੋਸਾਇਟੀ ਸਕੂਲ ਹੋਣਾ ਐਂਡ ਇਹ ਲੋਕ ਇੱਥੇ ਰਹਿੰਦੇ ਆ। ਐਂਡ ਇੱਥੇ ਕੁੜੀ ਖੜੀ ਸੀ, ਫਿਰ ਮੈਂ ਉਹਨੂੰ ਕਹਿਤਾ ਵੀ ਬੋਟਲ 'ਚ ਪਾਣੀ ਭਰ ਲਿਆ। ਸੋ ਮੈਂ ਦੇਖ ਰਿਹਾ ਸੀ ਵੀ ਹੈਲਪ ਕਰਦੇ ਆ ਕਿ ਨਹੀਂ ਕਰਦੇ, ਉਹ ਕਹਿੰਦੀ ਠੀਕ ਹੈ ਮੈਂ ਭਰ ਕੇ ਲਿਆ ਦਿੰਦੀ ਹਾਂ। ਸੋ ਪਾਣੀ ਲੈਣ ਗਈ ਹੋਈ ਹੈ ਹੁਣ। ਬਹੁਤ ਸੋਹਣਾ ਨਜ਼ਾਰਾ ਯਾਰ, ਟੀ ਪਲਾਂਟੇਸ਼ਨਸ ਮੈਂ ਲਾਈਫ 'ਚ ਪਹਿਲੀ ਵਾਰੀ ਵੇਖ ਰਿਹਾ ਪਰ ਬਹੁਤ ਸੋਹਣੀਆਂ ਨੇ, ਇਹਦੀ ਖੇਤੀ ਬਹੁਤ ਸੋਹਣੀ ਲੱਗਦੀ ਦੇਖਣ ਨੂੰ। ਥੈਂਕ ਯੂ ਸੋ ਮੱਚ। ਹੈਲੋ, ਹਾਏ ਕਰਨ, ਵਾਟਸ ਯੋਰ ਨੇਮ? ਹਾਂ, ਰਮਾ ਤਾਨੇ। ਕੈਨ ਆਈ ਟੇਕ ਅ ਫੋਟੋ ਵਿਦ ਯੂ? ਕਮ ਦਿਸ ਵੇ। ਵੇਟ, ਦਿਸ ਇਜ਼ ਮੇਕ, ਆਈ ਐਮ ਮੇਕਿੰਗ ਵੀਡੀਓ ਐਂਡ ਟੇਕ ਫੋਟੋ। ਜਿਨ੍ਹਾਂ ਨੇ ਪਾਣੀ ਭਰ ਕੇ ਦਿੱਤਾ ਉਹ ਮੇਰੇ ਖਿਆਲ ਨਾਲ ਇਸ ਸਕੂਲ ਤੋਂ ਹੈ, ਨਿਰਮਲਾ ਸੋਸਾਇਟੀ। ਹਾਂਜੀ, ਨਿਰਮਲਾ ਸੋਸਾਇਟੀ ਮਨਾਰ। ਐਂਡ ਇਹ ਸਾਰੀ ਛੋਟੀ ਜਿਹੀ ਇੱਕ ਕਲੋਨੀ ਟਾਈਪ ਬਣੀ ਹੋਈ ਹੈ ਜਿੱਥੇ ਸਕੂਲ ਦੇ ਟੀਚਰ ਜਾਂ ਬੱਚੇ ਰਹਿੰਦੇ ਆ। ਐਂਡ ਉਸ ਸਾਈਡ ਤੁਸੀਂ ਟੀ ਪਲਾਂਟੇਸ਼ਨ ਦੇਖ ਲਓ। ਰਸਤਾ ਦੇਖਦਾ ਮੈਂ ਕਿੱਧਰੋਂ ਹੈ, ਫਿਰ ਆਪਾਂ ਟੀ ਪਲਾਂਟੇਸ਼ਨ ਵੱਲ ਵੀ ਚੱਲਦੇ ਹਾਂ। ਫਿਲਹਾਲ ਇਹ ਰਸਤਾ ਜਾਂਦਾ ਹੈ ਵਾਪਸ ਸਿਟੀ ਵੱਲ, ਅਤੇ ਮੈਂ ਸਿਟੀ ਵੱਲ ਹੀ ਚੱਲਿਆ। ਸੋ ਇੱਕ ਫੈਕਟਰੀ ਦਾ ਪਤਾ ਤਾਂ ਲੱਗਿਆ ਸੀ ਵੀ ਮੱਟੂ ਪੱਟੀ ਟੀ ਫੈਕਟਰੀ ਪੈਂਦੀ ਹੈ, ਬਟ ਇੱਥੋਂ 10 ਕਿਲੋਮੀਟਰ ਦੂਰ ਹੈ ਐਂਡ ਉੱਥੇ ਬੱਸ ਨਹੀਂ ਜਾਂਦੀ ਕੋਈ 5 ਵਜੇ ਤੋਂ ਪਹਿਲਾਂ। ਐਂਡ ਮੇਰੀ ਲਾਸਟ ਬੱਸ ਕੋਚੀ ਲਈ 7 ਵਜੇ ਹੈ, ਸੋ ਪੋਸੀਬਲ ਨਹੀਂ ਮੈਨੂੰ ਲੱਗਦਾ ਵੀ ਮੈਂ ਜੇ ਉੱਥੇ ਗਿਆ ਤਾਂ ਮੇਰੇ ਤੋਂ ਮੁੜਿਆ ਜਾਊਗਾ। ਸੋ ਆਪਾਂ ਟੀ ਫੈਕਟਰੀ ਵਾਇਨਾਡ ਜਾਵਾਂਗੇ, ਇੱਥੇ ਨਹੀਂ ਜਾਂਦੇ। ਐਂਡ ਇੱਥੇ ਲੋਕਲ ਸ਼ੋਪ ਹੈ ਜਿੱਥੇ ਆਪਾਂ ਨੂੰ ਸਾਰੀਆਂ ਚਾਹ ਪੱਤੀਆਂ ਦੀ ਕਿਸਮਾਂ ਦੇਖਣ ਨੂੰ ਮਿਲ ਜਾਣਗੀਆਂ। ਕਿਆ ਵੱਡੀ ਸ਼ੋਪ ਹੈ, ਇੱਧਰ ਦੇਖਦੇ ਆਪਾਂ ਨੂੰ ਕੀ ਮਿਲ ਸਕਦਾ। ਸੋ ਇੱਥੇ ਇਹਨਾਂ ਕੋਲ ਪਾਣੀ ਵੀ ਹੈ, ਕੁਝ ਡਰਿੰਕਸ ਵੀ ਨੇ, ਇੱਧਰ ਕੁਝ ਤੇਲ ਵੀ ਨੇ, ਕੁਝ ਪੱਤੀਆਂ, ਕੁਝ ਫਰੈਗਰੈਂਸਿਸ, ਇਹ ਕਾਫੀ ਹੈ, ਇੱਧਰ ਸਾਰੀ ਚਾਹ ਪੱਤੀ ਹੈ, ਆਈਸ ਟੀ, ਕੌਨਸਨਟ੍ਰੇਟ, ਮਤਲਬ ਸਾਰਾ ਕੁਛ, ਮਤਲਬ ਏ ਟੂ ਜ਼ੈਡ ਤੁਹਾਨੂੰ ਇਹ ਸਭ ਤੋਂ ਵੱਡਾ ਸਟੋਰ ਲੱਗਦਾ ਮੈਨੂੰ ਇੱਥੇ ਦਾ। ਸੋ ਚਾਹ ਬਣਾਉਣ ਵਾਲੀ ਫੈਕਟਰੀ ਤਾਂ ਲੱਭੀ ਨਹੀਂ, ਬਟ ਇੱਧਰੋਂ ਆਹ ਰਸਤਾ ਮਿਲ ਗਿਆ। ਹੁਣ ਆਪਾਂ, ਮੈਂ ਤੁਹਾਨੂੰ ਟੀ ਪਲਾਂਟੇਸ਼ਨ ਜਿੱਥੇ ਚਾਹ ਪੱਤੀ ਇਹ ਉਗਾਉਂਦੇ ਨੇ, ਕਿੱਦਾਂ ਉਗਾਉਂਦੇ ਨੇ, ਉੱਥੇ ਲੈ ਕੇ ਚੱਲਦਾ। ਸੋ ਆਹ ਰਸਤਾ, ਇੱਥੋਂ ਮਿੱਠਾ ਮਿੱਠਾ ਚੱਲਦੇ ਹਾਂ। ਸੋ ਕਈ ਵਾਰੀ ਕਹਿੰਦੇ ਵੀ ਇੱਥੇ ਸੱਪ ਵਗੈਰਾ ਹੁੰਦੇ ਆ, ਪਰ ਹੁਣ ਕੀ ਕਰੀਏ, ਪਲਾਂਟੇਸ਼ਨ ਤਾਂ ਵੇਖਣੀ ਆ। ਆ ਗਿਆ ਤਾਂ ਦੇਖੀ ਜਾਓਗੇ, ਆਪਾਂ ਤਾਂ ਕਵਰਡ ਹੀ ਹਾਂ, ਮੇਰੇ ਤਾਂ ਸ਼ੂਜ਼ ਵੀ ਉੱਚੇ ਉੱਚੇ ਨੇ, ਦੇਖੋ। ਮੈਂ ਪਹਿਲੀ ਵਾਰੀ ਦੇਖ ਰਿਹਾ ਇਹ, ਪਤਾ ਨਹੀਂ ਕਿਸ ਤਰੀਕੇ ਕਰਦੇ ਆ, ਕਿਉਂਕਿ ਹੈ ਤਾਂ ਸਿਰਫ ਪੱਤੇ ਹੀ, ਤਾਂ ਹੀ ਮੈਂ ਦੇਖਣਾ ਚਾਹੁੰਦਾ ਸੀ ਫੈਕਟਰੀ 'ਚ ਕਿੱਦਾਂ ਕਰਦੇ। ਇੰਨਾ ਤਾਂ ਮੈਨੂੰ ਪਤਾ ਵੀ ਪੱਤਿਆਂ ਨੂੰ ਸੁਕਾ ਕੇ ਕੁਝ ਕਰਦੇ ਆ। ਆਹ ਸਾਹਮਣੇ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਚਰਚ ਹੈ, ਪਿੱਛੇ ਜਿਹੜੀ ਚਰਚ ਹੈ ਉੱਥੇ ਜਿਹੜਾ ਚਾਲ ਹਾਏ ਰੱਬਾ, ਪਿੱਛੇ ਜਿਹੜੀ ਚਰਚ ਹੈ ਉੱਥੇ ਜਿਹੜਾ ਬੰਦਾ ਕੰਮ ਕਰਦਾ, ਉਹਨੇ ਮੈਨੂੰ ਲਿਫਟ ਦਿੱਤੀ ਸੀਗੀ ਜਦੋਂ ਮੈਂ ਇਸ ਸਾਈਡ ਤੋਂ ਉੱਥੋਂ ਟੀ ਮਿਊਜ਼ੀਅਮ ਜੇ ਤੋਂ ਹੋ ਕੇ ਵਾਪਸ ਜਾ ਰਿਹਾ ਸੀ, ਫਿਰ ਮੈਂ ਉੱਥੋਂ ਲਿਫਟ ਲਿੱਤੀ ਸੀ, ਬਟ ਮੈਨੂੰ ਨਹੀਂ ਸੀ ਪਤਾ ਵੀ ਉਹ ਚਰਚ 'ਚ ਕੰਮ ਕਰਦਾ। ਸੋ ਇੱਧਰ ਜਦੋਂ ਮੈਂ ਚਰਚ ਵੱਲ ਆਇਆ ਤਾਂ ਮੈਂ ਦੇਖਿਆ ਉਹ ਮੈਨੂੰ ਮੇਰੇ ਖਿਆਲ ਨਾਲ 3ਵੀਂ ਵਾਰੀ ਟੱਕਰ ਗਿਆ ਬਾਈ ਚਾਂਸ ਹੀ। ਸੋ ਮੈਂ ਹੱਸਦਾ ਪਿਆ ਸੀ, ਉਹ ਵੀ ਹੱਸਦਾ ਪਿਆ ਸੀ। ਸੋ ਉਹ ਕਹਿੰਦਾ ਉੱਪਰ ਜਾਇਆ, ਫਿਰ ਆ ਕੇ ਬੈਠ ਕੇ ਚਾਹ ਪੀਂਦੇ ਹਾਂ ਇਕੱਠੇ। ਸੋ ਹੁਣ ਮੈਨੂੰ ਚਾਹ ਦਾ ਇਨਵੀਟੇਸ਼ਨ ਹੈ ਤਾਂ ਮੈਂ ਇੱਧਰੋਂ ਹੋ ਕੇ ਉਹਦੇ ਕੋਲ ਚਾਹ ਪੀਣ ਜਾਊਂਗਾ। ਸੋ ਆਹ ਸਾਰੀ ਟੀ ਪਲਾਂਟੇਸ਼ਨ ਹੈ, ਦੇਖੋ ਕਿੰਨੀ ਸੋਹਣੀ ਲੱਗ ਰਹੀ ਹੈ ਯਾਰ।
ਐਂਡ ਹਵਾ ਇੰਨੀ ਮਿੱਠੀ ਮਿੱਠੀ ਲੱਗਦੀ ਹੈ ਨਾ ਇੱਥੇ ਜਦੋਂ ਹੁਣ ਹਵਾ ਚੱਲਦੀ ਪਈ ਹੈ। ਤੁਸੀਂ ਸੋਚੋ ਜਦੋਂ ਇੱਥੇ ਮੀਂਹ ਪੈਂਦਾ ਹੋਊਗਾ ਕਿੰਨਾ ਸੋਹਣਾ ਲੱਗਦਾ ਹੋਊਗਾ। ਪੈਦਲ ਆਉਣ ਦਾ ਨਾ, ਪੈਦਲ ਹੋਣ ਦਾ ਇਹੀ ਫਾਇਦਾ ਕਿ ਤੁਸੀਂ ਕਿਤੇ ਵੀ ਜਾ ਸਕਦੇ ਹੋ, ਕਿਤੇ ਵੀ ਰੁਕ ਸਕਦੇ ਹੋ। ਸੋ ਚਲੋ ਚੱਲੀਏ ਹੁਣ ਨੀਚੇ ਚੱਲੀਏ, ਬਸ ਮੇਰਾ ਇੰਨਾ ਕੀ ਸੀ। ਬਾਕੀ ਤੁਹਾਨੂੰ ਡਿਟੇਲ 'ਚ ਜਿਹੜੀ ਚਾਹ ਦੀ ਫੈਕਟਰੀ ਵਾਲੀ ਵੀਡੀਓ ਹੈ ਉਹ ਤੁਹਾਨੂੰ ਵਾਇਨਾਡ ਤੋਂ ਮਿਲੂਗੀ, ਜੋ ਕਿ ਮੇਰਾ ਇਸ ਤੋਂ ਅਗਲੇ ਤੋਂ ਅਗਲਾ ਸ਼ਹਿਰ ਹੈ। ਇਸ ਤੋਂ ਬਾਅਦ ਮੈਂ ਕੈਲੀਕਟ ਚੱਲਿਆ। ਕੈਲੀਕਟ ਜਿਹੜਾ ਉਹ ਕੇਰਲਾ ਦੇ ਫੂਡ ਲਈ ਬਹੁਤ ਮਸ਼ਹੂਰ ਹੈ, ਅਤੇ ਉੱਥੇ ਤਾਂ ਫੂਡ ਹੀ ਫੂਡ ਹੋਣਾ ਪੂਰਾ। ਅਤੇ ਉਸ ਤੋਂ ਬਾਅਦ ਆਪਾਂ ਜਾਵਾਂਗੇ ਵਾਇਨਾਡ, ਜਿੱਥੇ ਚਾਹ ਦੀ ਅਤੇ ਕੌਫੀ ਦੀ ਖੇਤੀ ਹੁੰਦੀ ਹੈ, ਅਤੇ ਉੱਥੋਂ ਹੀ ਖਰੀਦਾਂਗੇ ਚਾਹ ਕੌਫੀ ਵੀ। ਹਾਲਾਂਕਿ ਮੈਂ ਇੱਥੋਂ ਦੁਕਾਨ 'ਚ ਚਲੇ ਗਿਆ ਸੀਗਾ, ਸੋ ਮੈਂ ਇੱਥੋਂ ਆਹ ਕੁੰਦਨੀ ਨੈਚੁਰਲ ਓਇਲ ਜਿਹਾ ਖਰੀਦ ਲਿਆ ਵਾਲਾਂ 'ਤੇ ਲਾਉਣ ਨੂੰ, ਐਂਡ ਫਰੇਗਰੈਂਸ ਬਹੁਤ ਸੋਹਣੀ ਹੈ ਇਹਦੀ, ਲੈਵੈਂਡਰ ਦੀ ਸਮੈਲ ਹੈ। ਸੋ ਘਰਦਿਆਂ ਵਾਸਤੇ, ਮੰਮੀ ਅਤੇ ਦੀਦੀ ਵਾਸਤੇ ਇਹ ਲੈ ਲਿਆ ਮੈਂ। ਹੁਣ ਇੱਧਰੋਂ ਨੀਚੇ ਚੱਲਦੇ ਹਾਂ। ਇੱਕ ਹੋਰ ਗੱਲ, ਇੱਥੇ ਸਾਲ 'ਚ ਹਰ 12 ਸਾਲ ਬਾਅਦ ਇੱਥੇ ਇਹੋ ਜਿਹਾ ਟਾਈਮ ਆਉਂਦਾ ਵੀ ਇੱਥੇ ਜਿਹੜੇ ਔਰਚਿਡ ਦੇ ਫਲਾਵਰ ਹੁੰਦੇ ਆ, ਔਰਚਿਡ ਪਤਾ ਨਹੀਂ ਔਰਕਿਡ ਕਹਿੰਦੇ ਆ ਮੈਨੂੰ ਨਹੀਂ ਪਤਾ, ਉਹ ਜਿਹੜੇ ਫੁੱਲ ਹੁੰਦੇ ਆ ਉਹ ਇੱਥੇ ਉੱਗਦੇ ਆ, ਐਂਡ ਪੂਰੇ ਜਿੰਨੇ ਵੀ ਖੇਤ ਨੇ ਸਾਰਿਆਂ 'ਚ ਉਹ ਪਰਪਲ ਕਲਰ ਦੇ, ਜਾਮਣੀ ਰੰਗ ਦੇ ਔਰਚਿਡ ਦੇ ਜਿਹੜੇ ਫੁੱਲ ਨੇ ਉਹ ਹੋ ਜਾਂਦੇ ਆ, ਜੋ ਕਿ ਬਹੁਤ ਸੋਹਣੇ ਲੱਗਦੇ ਆ ਉਸ ਮੌਸਮ 'ਚ। ਅਤੇ ਉਹ ਹਰ 12 ਸਾਲ ਬਾਅਦ ਹੁੰਦੇ ਆ। ਜਿਹੜੇ ਪਿਛਲੇ ਹੋਏ ਸੀ ਉਹ 2018 'ਚ ਹੋਏ ਸੀ, ਅਤੇ ਉਸ ਤੋਂ ਪਹਿਲਾਂ 2006 'ਚ ਹੋਏ ਸੀ, ਹੁਣ 2030 'ਚ ਹੋਣਗੇ, ਐਂਡ ਉਦੋਂ ਆ ਕੇ ਜ਼ਰੂਰ ਵੇਖਾਂਗੇ ਕਿਉਂਕਿ ਉਦੋਂ ਇਹ ਜੰਨਤ ਵਰਗਾ ਹੀ ਲੱਗਦਾ। ਸੋ ਹੁਣ ਚੱਲੀਏ, ਚਾਹ ਪੀਂਦੇ ਹਾਂ ਜਾ ਕੇ ਚਰਚ 'ਚ। ਬੰਦੇ ਕੋਲ ਉਧਰੋਂ ਫਰੰਟ ਤੋਂ ਗੇਟ ਆ, ਉਧਰੋਂ ਐਂਟਰੀ ਕਰਦੇ ਹਾਂ, ਅਤੇ ਆ ਵੀ ਚਰਚ, ਇੱਧਰ ਹੀ ਹੋਣਾ ਆਪਣਾ ਬੰਦਾ। ਐਂਡ ਇਹੀ ਲੱਗੇਗਾ ਇਸਮੇ ਪੈਸ਼ਨ ਫਰੂਟ, ਤੂੰ ਖਾਤੇ ਕੈਸੇ ਹੋ? ਅੰਦਰ ਕਾ ਸੀਡ ਖਾਇਆ ਗਿਆ। ਅੱਛਾ, ਅਨਾਰ ਕੇ ਜੈਸਾ ਨਹੀਂ ਹੈ? ਅਨਾਰ ਕੇ ਜੈਸਾ ਪਰ ਇਹ ਅੱਛਾ ਰਹੇਗਾ। ਅੱਛਾ, ਆ ਕੇ ਦੇਖੋ, ਇਹ ਪ੍ਰੋਪਰ, ਇਹ ਪ੍ਰੋਪਰ ਹੈ। ਹਾਂ, ਇਹ ਆਪਾਂ ਪਕੜੋ ਜੀ, ਇੱਕ ਮਿੰਟ। ਓਕੇ, ਬਿਲਕੁਲ ਜੈਸੇ ਜੈਲੀ ਹੋਤੀ ਹੈ। ਹਾਂ, ਵਾਹ ਯਾਰ, ਇਹ ਤਾਂ ਬਹੁਤ ਅੱਛਾ ਹੈ। ਪੀ ਤੋਂ ਲੋ, ਕੈਸਾ ਲਗਾ? ਬਹੁਤ ਅੱਛਾ ਹੈ। ਸੋ ਜਸਟ ਹੁਣੇ ਉਹਨਾਂ ਨੇ ਚਰਚ 'ਚ ਦੱਸਿਆ ਕਿ ਇੱਥੇ ਇੱਕ ਬੇਕਰੀ ਵੀ ਹੈ ਟਾਟਾ ਵਾਲਿਆਂ ਦੀ, ਇੱਕ ਟਰੱਸਟ ਹੈ ਸ੍ਰਿਸ਼ਟੀ ਟਰੱਸਟ ਫਾਊਂਡੇਸ਼ਨ ਕਰਕੇ। ਉੱਥੇ ਜਿਹੜੇ ਆ ਜਿਹੜੇ ਬਲਾਇੰਡ ਲੋਕ ਨੇ, ਬਲਾਇੰਡ ਜਾਂ ਹੈਂਡੀਕੈਪ ਲੋਕ, ਉਹ ਵੀ ਬੇਕਿੰਗ ਕਰਦੇ ਆ, ਐਂਡ ਮੈਂ ਉਹ ਦੇਖਣਾ ਚਾਹੁੰਦਾ ਸੀ। ਸੋ ਮੈਂ ਗਿਆ ਉੱਥੇ, ਬਟ ਕ੍ਰਿਸਮਸ ਦੀਆਂ ਛੁੱਟੀਆਂ ਸੀ 25-26 ਤਰੀਕ ਨੂੰ, 2 ਦਿਨ, ਸੋ ਬੇਕਰੀ ਵੀ ਕਲੋਜ਼ ਸੀ, ਅਤੇ ਕੱਲ੍ਹ ਰੀਓਪਨ ਹੋਣੀ ਆ। ਬਟ ਯਾਰ, ਇੱਕ ਤਾਂ ਮੈਨੂੰ ਇਹ ਸ਼ੋਰਟੀ ਨਹੀਂ ਕਿ ਉਹ ਅਲਾਓ ਕਰਨਗੇ ਰਿਕਾਰਡ ਕਰਨ ਲਈ ਜਾਂ ਨਹੀਂ, ਬਿਕੋਜ਼ ਮੈਂ ਤੁਹਾਨੂੰ ਵੀ ਦਿਖਾਉਣਾ ਚਾਹੁੰਦਾ ਸੀ। ਮੈਨੂੰ ਕੋਈ ਯੂਟਿਊਬ 'ਤੇ ਵੀਡੀਓ ਨਹੀਂ ਦਿਖੀ, ਸੋ ਮੇਰੇ ਖਿਆਲ ਨਾਲ ਉਹ ਅਲਾਓ ਨਹੀਂ ਕਰਦੇ। ਪਰ ਜੇ ਤੁਸੀਂ ਮੁਨਾਰ ਆਓ ਤਾਂ ਜ਼ਰੂਰ ਉਸ ਜਗ੍ਹਾ 'ਤੇ ਜਾਇਓ, ਬਿਕੋਜ਼ ਮੈਂ ਨਾ ਬ੍ਰੈਡ ਖਾਧੀ ਉਹਨਾਂ ਦੀ ਚਰਚ 'ਚ ਜਿਹੜੀ ਉਹਨਾਂ ਨੇ ਬਣਾਈ ਸੀ, ਗਾਜਰ ਦੀ ਉਹਨਾਂ ਨੇ ਬ੍ਰੈਡ ਖਵਾਈ ਮੈਨੂੰ, ਇੰਨੀ ਸਵਾਦ ਸੀ ਨਾ, ਮੈਂ ਤੁਹਾਨੂੰ ਦੱਸ ਨਹੀਂ ਸਕਦਾ ਉਹਦਾ ਟੇਸਟ ਕਿੰਨਾ ਵਧੀਆ ਸੀ। ਹੁਣ ਇੱਥੇ ਮੁੰਡੇ ਕ੍ਰਿਕਟ ਖੇਡਦੇ ਪਏ ਆ, ਸੋ ਮੈਂ ਆਇਆ, ਦੇਖਦਾ ਜੇ ਮੈਨੂੰ ਨਾਲ ਖਿਡਾਉਂਦੇ ਆ। 5:15 ਹੋਇਆ ਅਜੇ, ਤਾਂ 1.5 ਘੰਟਾ ਮੇਰੀ ਬੱਸ 'ਚ ਅਜੇ, ਸੋ 6 ਵਜੇ ਮੈਂ ਰਾਈਟ ਇੱਥੋਂ ਤੁਰੂੰਗਾ। ਇੱਥੋਂ 1.5 ਕਿਲੋਮੀਟਰ ਹੈ ਬੱਸ ਸਟੈਂਡ, ਅਤੇ 15-20 ਮਿੰਟ ਦੀ ਵਾਕ ਹੋਊਗੀ ਮੇਰੀ, ਸੋ ਵਾਕ ਕਰਕੇ ਉੱਥੇ ਪਹੁੰਚਾਂਗੇ, ਅਤੇ ਕਿਸੇ ਦੁਕਾਨ 'ਤੇ ਬੈਠ ਕੇ ਫੋਨ ਚਾਰਜ ਕਰ ਲਵਾਂਗੇ, ਨਾਲੇ ਬੱਸ ਦਾ ਵੇਟ ਕਰ ਲਵਾਂਗੇ। ਵੈਸੇ ਮੇਰਾ ਹੁਣ ਬਹੁਤ ਦਿਲ ਕਰਦਾ ਪਿਆ ਵੀ ਮੈਂ ਅੱਜ ਰੁਕ ਜਾਵਾਂ, ਅਤੇ ਕੱਲ੍ਹ ਉਹ ਦੇਖ ਕੇ ਜਾਵਾਂ।
ਪਰ ਚਲੋ ਕਿਸਮਤ 'ਚ ਨਹੀਂ ਸੀ ਅੱਜ, ਨੈਕਸਟ ਟਾਈਮ ਸਹੀ। ਪਰ ਜੇ ਤੁਸੀਂ ਆਓ ਤਾਂ ਜ਼ਰੂਰ ਉੱਧਰ ਜਾਇਓ, ਬਾਕੀ ਸਾਰੀਆਂ ਚੀਜ਼ਾਂ ਬੇਫਜ਼ੂਲ ਦੀਆਂ ਨੇ ਪਰ ਉੱਥੇ ਜ਼ਰੂਰ ਜਾਇਓ। ਉੱਥੇ ਵਿਊ ਦੇਖੋ ਕਿੰਨਾ ਸੋਹਣਾ। ਸੋ ਇੱਥੇ ਕ੍ਰਿਕਟ ਖੇਡਦੇ ਪਏ ਆ, ਦੇਖਦੇ ਹਾਂ ਵੀ ਖਿਲਾਉਂਦੇ ਆਪਾਂ ਨੂੰ ਕਿ ਨਹੀਂ। ਉਹ ਦੇਖੋ, ਹਾਏ ਸੁਗਮ ਮਾਣੂ, ਹਾਊ ਆਰ ਯੂ, ਵਿਚ ਬਾਲ ਇਜ਼ ਦਿਸ, ਇਜ਼ ਦਿਸ ਲੈਦਰ ਬਾਲ? ਨੋ ਨੋ, ਸਟੰਪਰ। ਸਟੰਪਰ, ਸੋ ਯੂ ਪਲੇ ਐਵਰੀ ਡੇ? ਯਾ ਕਾਈਂਡ ਆਫ। ਹਾਂ, ਸੋ ਹਾਊ ਮੈਨੀ ਬਾਲਸ ਯੂ ਲੂਜ਼ ਐਵਰੀ ਡੇ ਇਨ ਦੀਸ? ਕਾਊਂਟ ਹਾਂ, ਨੋ ਪਾਰਟਿਕੂਲਰ ਮੈਚ ਇਜ਼ ਗੋਇੰਗ ਔਨ? ਨੋ ਨੋ ਨੋ, ਜਸਟ chilling. Yes, can I play? Huh? After this match is going on, that's why I asked. Huh? Sure. Okay, let me know then. I'm just sitting with you. I'm from Punjab. Punjab. Hey, ball. Run. Can you record? Yeah, hold. பிரசாந்தன கேமரா பாருங்க, இல்ல ரெக்கார்ட் ஆயிடுச்சு. ਸੋ ਹੁਣ ਮੈਂ ਕਿਤੋਂ ਇਹਨਾਂ ਮੁੰਡਿਆਂ ਤੋਂ ਨੰਬਰ ਲੈ ਕੇ ਉਸ ਫਾਊਂਡੇਸ਼ਨ 'ਚ ਫੋਨ ਤਾਂ ਕੀਤਾ, ਐਂਡ ਉਹ ਕਹਿੰਦੇ ਵੀ ਸਾਨੂੰ ਆਪਣੀ ਡਿਟੇਲ ਭੇਜੋ ਵਟਸਐਪ 'ਤੇ ਵੀ ਕੀ ਕਰਦੇ ਹੋ, ਆਪਣੇ ਸੋਸ਼ਲ ਮੀਡੀਆ ਦੇ ਅਕਾਊਂਟ ਭੇਜੋ, ਫਿਰ ਅਸੀਂ ਤੁਹਾਨੂੰ ਅਲਾਓ ਕਰਾਂਗੇ ਉਹਦੇ ਅਕੋਰਡਿੰਗ। ਸੋ ਮੈਂ ਉਹਨਾਂ ਨੂੰ ਮੈਸੇਜ ਕੀਤਾ ਅਤੇ ਉਹ ਕਨਫਰਮ ਕਰਨਗੇ ਮੈਨੂੰ, ਬਟ ਫਿਰ ਵੀ ਮੈਂ ਬੱਸ ਸਟੈਂਡ ਚੱਲਿਆ ਪੈਕਅਪ ਲਈ। ਸੋ 6:45 ਤੱਕ ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਪਲੀਜ਼ ਦੱਸ ਦਿਓ। ਸੋ ਜਿੱਦਾਂ ਹੀ ਮੈਨੂੰ ਦੱਸਦੇ ਆ, ਮੈਂ ਜੇ ਤਾਂ ਹਾਂ ਕਹਿੰਦੇ ਆ ਦੈਨ ਮੈਂ ਰੁਕ ਜੂੰਗਾ ਰਾਤ ਨੂੰ, ਐਂਡ ਜੇ ਨਾ ਕਹਿੰਦੇ ਆ ਦੈਨ ਮੈਂ ਬੱਸ 'ਚ ਬੈਠ ਕੇ ਵਾਪਸ ਕੋਚੀ, ਦੈਨ ਕੋਚੀ ਤੋਂ ਕੈਲੀਕਟ।